ਮਲੋਟ ਦੇ ਇੱਕ ਨਿੱਜੀ ਹਸਪਤਾਲ 'ਚ 50 ਸਾਲ ਦੀ ਔਰਤ ਦੇ ਆਪਰੇਸ਼ਨ ਦੇ ਬਾਅਦ ਉਸ ਦੀ ਮੌਤ ਹੋ ਗਈ, ਜਿਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਡਾਕਟਰ ਤੇ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਗਾ ਦਿੱਤੇ। ਮ੍ਰਿਤਕ ਔਰਤ ਜਸਵੀਰ ਕੌਰ ਦੀ ਨਨਾਣ ਦਾ ਕਹਿਣਾ ਹੈ ਕਿ ਡਾਕਟਰ ਵੱਲੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਤੇ ਉਸ ਦੇ ਬਾਅਦ ਉਸ ਨੂੰ ਨਾ ਬੁਲਾਉਣ ਦੀ ਹਦਾਇਤ ਦਿੱਤੀ, ਜਿਸ ਦੇ ਬਾਅਦ ਸ਼ਾਮ ਨੂੰ ਜਸਵੀਰ ਕੌਰ ਦੀ ਮੌਤ ਹੋ ਗਈ। ਉਹਨਾਂ ਦਾ ਕਹਿਣਾ ਹੈ ਕਿ ਜਸਵੀਰ ਕੌਰ ਦੇ ਇਲਾਜ ਦੌਰਾਨ ਡਾਕਟਰਾਂ ਨੇ ਲਾਪਰਵਾਹੀ ਵਰਤੀ ਹੈ, ਜਿਸ ਦੇ ਕਾਰਨ ਉਸ ਦੀ ਮੌਤ ਹੋਈ ਹੈ। ਕੀ ਕਹਿਣਾ ਸੀ ਡਾਕਟਰਾਂ ਦਾ? ਜਦੋਂ ਪਹਿਲਾਂ ਵੀ ਇਹਦੀ ਖਬਰ ਲੱਗ ਗਈ ਸੀ ਇੱਕ ਵਾਰੀ, ਐਸ ਡਾਕਟਰ ਆਰਪੀ ਸਿੰਘ ਦੀ ਕੋਈ ਮਸ਼ੀਨ ਮਸ਼ੂਨ ਲਾਉਂਦਾ ਕੋਈ ਫੜਿਆ ਗਿਆ ਸੀ। ਇਹ ਬਹੁਤ ਅਣਗਹਿਲੀ ਕਰਦੇ ਆ। ਟੀਕਾ ਲਾਇਆ ਪਰ ਸਾਡੇ ਆਖੇ ਕੋਈ ਨਰਸ ਨਹੀਂ ਆਈ, ਕੋਈ ਡਾਕਟਰ ਨਹੀਂ ਆਇਆ, ਕੁਛ ਨਹੀਂ ਆਇਆ ਸਾਡੇ ਕੋਲੇ। ਦੇਖਣ ਸਾਨੂੰ ਇਹੀ ਇਹਨਾਂ ਨੇ, ਅਸੀਂ ਪੁੱਛਿਆ ਖਾਣ ਪੀਣ ਨੂੰ ਕੀ ਦੇਣਾ, ਆਂਦੇ ਕੁਛ ਨਹੀਂ ਦੇਣਾ। ਮੈਂ ਕਿਹਾ ਟਾਈਮ ਨਾਲ ਮੰਗਾ ਕੇ ਰੱਖ ਲਈਏ, ਅਸੀਂ ਵਾਰ-ਵਾਰ ਗੱਲ ਕਰੀਏ, ਸਾਡੀ ਔਖਾ ਹੋ ਜਾਊਗਾ। ਉੱਥੇ ਇਸ ਬਾਰੇ ਸੰਬੰਧਿਤ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੋਈ ਵੀ ਲਾਪਰਵਾਹੀ ਨਹੀਂ ਵਰਤੀ ਗਈ ਹੈ ਅਤੇ ਬਵਾਸੀਰ ਦਾ ਆਪਰੇਸ਼ਨ ਵੀ ਸਹੀ ਤਰੀਕੇ ਨਾਲ ਕੀਤਾ ਗਿਆ ਸੀ। ਬਹੁਤ ਸਾਰੇ ਐਕਸੀਡੈਂਟ ਹੈ ਕਿ ਕੌਜ਼ ਸਿਰਫ ਐਸ ਏਜ ਵਿੱਚ, ਓਲਡ ਏਜ ਦੇ ਵਿੱਚ ਹਾਰਟ ਅਟੈਕ ਤੋਂ ਹੋਰ ਕੋਈ ਕੌਜ਼, ਕਿਉਂਕਿ ਅਸੀਂ ਪ੍ਰੀ ਆਪਰੇਟਿਵ ਇਹਨੂੰ ਚੈੱਕ ਕੀਤਾ ਸੀਗਾ, ਈਸੀਜੀ ਵੀ ਇਹਦੀ ਲਈ ਹੈ, ਸਾਰੇ ਇਨਵੈਸਟੀਗੇਸ਼ਨ ਕਰਵਾਏ ਹੈ। ਨੋਰਮਲ ਸੀ ਆਪਰੇਸ਼ਨ, 10 ਮਿੰਟ ਦਾ ਆਪਰੇਸ਼ਨ ਹੋਇਆ ਹੈ ਉਹ ਕਰਕੇ। ਉਸ ਤੋਂ ਬਾਅਦ ਦੋ ਵਾਰੀ ਮੈਨੂੰ ਦੇਖਿਆ ਗਿਆ ਪੋਸਟ ਆਪਰੇਟਿਵ ਵੀ ਬਿਲਕੁਲ ਨੋਰਮਲ ਸੀ। ਸਟਾਫ ਨੇ ਦੇਖਿਆ 2-3 ਵਾਰੀ, ਬਿਲਕੁਲ ਨੋਰਮਲ ਸੀ। ਇਹਨਾਂ ਦੇ ਪੇਸ਼ੈਂਟ ਦੇ ਰਿਲੇਟਿਵ ਕੋਲੇ ਬੈਠੇ ਰਹੇ ਹੈਗੇ, ਸਾਨੂੰ ਤਾਂ ਅਟਾਲ ਦੱਸਿਆ ਜੀ, ਕਹਿੰਦੇ ਪੇਸ਼ੈਂਟ ਬੋਲ ਨਹੀਂ ਰਿਹਾ ਅਤੇ ਉਹ ਜੇ ਕਹਿੰਦੇ ਤੁਸੀਂ ਬੁਲਾਇਆ ਨਹੀਂ ਕਰਦੇ। ਮੈਂ ਕਿਹਾ ਤੁਸੀਂ ਕੋਲੇ ਬੈਠੇ ਹੋ, ਕੋਈ ਤਕਲੀਫ ਹੁੰਦੀ, ਕੋਈ ਦਰਦ ਹੈ, ਤਕਲੀਫ ਹੈ ਜਾਂ ਕਿ ਪੇਸ਼ੈਂਟ ਨੂੰ ਕੋਈ ਸਾਹ ਹੀ ਆਖਾ ਹੁੰਦਾ ਤਾਂ ਘੱਟੋ ਘੱਟ ਦੱਸੋ ਤਾਂ ਸਹੀ। ਅਤੇ ਜਦੋਂ ਓਲਡ ਏਜ ਦੇ ਡਿਊਰਿੰਗ ਕੋਈ ਅਚਾਨਕ ਹੋ ਜਾਂਦਾ ਸਡਨ ਕਾਰਡੀਅਕ ਅਰੈਸਟ, ਇਸ ਤਰ੍ਹਾਂ ਹੋਰ ਵੀ। ਦੂਜੇ ਪਾਸੇ ਥਾਣਾ ਸਿਟੀ ਮਲੋਟ ਪੁਲਿਸ ਦੇ ਥਾਣਾ ਇੰਚਾਰਜ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਕੱਲ ਮਲੋਟ ਦੇ ਆਰਪੀ ਸਿੰਘ ਹਸਪਤਾਲ 'ਚ ਜਸਵੀਰ ਕੌਰ ਦੀ ਮੌਤ ਹੋਈ ਸੀ ਤੇ ਉਹਨਾਂ ਵੱਲੋਂ ਪਰਿਵਾਰ ਤੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂ ਸਰ, ਕੀ ਮਾਮਲਾ ਸੀ? ਹਸਪੀਟਲ ਦੇ ਵਿੱਚ ਕਾਫੀ ਰੌਲਾ ਪਿਆ ਰਾਤ ਦਾ, ਵੀ ਲੇਡੀ ਦੀ ਜਿਹੜੀ ਆਪਰੇਸ਼ਨ ਕਰਨ ਲਈ ਲਿਆਂਦਾ ਗਿਆ ਸੀਗਾ ਉਹਦੀ ਡੈਥ ਹੋ ਗਈ, ਡਾਕਟਰ ਦੀ ਅਣਗਹਿਲੀ ਹੈ, ਕੀ ਕਾਰਵਾਈ ਕੀਤੀ? ਇਹ ਜੀ ਕੱਲ੍ਹ ਨੂੰ 2 ਵਜੇ ਜਸਵੀਰ ਕੌਰ ਲੇਡੀ ਆ ਪਿੰਡ ਅਰਨੀ ਵਾਲਾ ਵਜੀਰਾ ਦੀ, ਉਹਨੂੰ ਬਵਾਸੀਰ ਦੀ ਸ਼ਿਕਾਇਤ ਸੀ। ਉਹ ਇੱਥੇ ਆਈ, ਉਹਦਾ 2 ਵਜੇ 4 ਵਜੇ ਮਤਲਬ 2 ਵਜੇ ਆਈ, 4 ਵਜੇ ਉਹਦਾ ਬਵਾਸੀਰ ਦਾ ਆਪਰੇਸ਼ਨ ਕੀਤਾ ਡਾਕਟਰ ਆਰਪੀ ਸਿੰਘ ਨੇ ਤੇ 7 ਵਜੇ ਉਹਦੀ ਮੌਤ ਹੋ ਗਈ। ਤੇ ਉਹਨਾਂ ਦੇ ਵਾਰਸਾਂ ਦਾ ਇਹ ਕਹਿਣਾ ਵੀ ਡਾਕਟਰ ਦੀ ਅਣਗਹਿਲੀ ਕਰਕੇ ਜਿਹੜੀ ਇਹ ਮੌਤ ਹੋਈ ਹੈ। ਅਸੀਂ ਉਹ ਮਾਮਲਾ ਦਰਜ ਕਰ ਲਿਆ, ਤਫਤੀਸ਼ ਕਰ ਰਹੇ। ਇਕੱਲੇ ਆਰਪੀ ਸਿੰਘ ਦੇ ਖਿਲਾਫ ਹੈ ਜੀ? ਅਜੇ ਤੱਕ ਇਕੱਲੇ ਆਰਪੀ ਸਿੰਘ ਡਾਕਟਰ ਦੇ ਖਿਲਾਫ ਆ। ਜੇ ਕੋਈ ਹੋਰ ਗੱਲ ਸਾਹਮਣੇ ਆਈ ਫਿਰ ਤਫਤੀਸ਼ ਕੀਤੀ। ਕਿਹੜੀ ਧਾਰਾ? 304 ਏ ਤਹਿਤ ਅਣਗਹਿਲੀ ਹੈ ਜੀ। ਮਲੋਟ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।